ਸਤਿ ਸ਼੍ਰੀ ਅਕਾਲ ਜੀ। ਇਹ ਵੀਡੀਓ ਉਹ ਸਟੂਡੈਂਟਸ ਲਈ ਆ ਜਿਹੜੇ ਪੀਟੀ ਦਾ ਐਗਜ਼ਾਮ ਦੇਣ ਬਾਰੇ ਸੋਚ ਰਹੇ ਆ ਅਤੇ ਹਾਲੇ ਪੀਟੀ ਦਾ ਕੋਈ ਆਈਡੀਆ ਨਹੀਂ ਕਿ ਪੀਐਸਐਨ ਟੈਸਟ ਆਫ ਇੰਗਲਿਸ਼ ਹੁੰਦਾ ਕੀ ਆ। ਪੀਟੀ ਦਾ ਐਗਜ਼ਾਮ ਬਹੁਤ ਹੀ ਈਜ਼ੀ ਐਗਜ਼ਾਮ ਹੈਗਾ ਅਤੇ 2 ਘੰਟੇ ਦਾ ਟੋਟਲ ਐਗਜ਼ਾਮ ਹੁੰਦਾ ਆ। ਇਹਦੇ ਵਿੱਚ ਟੋਟਲ 4 ਮੋਡਿਊਲ ਹੁੰਦੇ ਆ। ਸਭ ਤੋਂ ਪਹਿਲਾਂ ਸਪੀਕਿੰਗ, ਦੈਨ ਰਾਈਟਿੰਗ, ਦੈਨ ਰੀਡਿੰਗ ਐਂਡ ਦੈਨ ਲਿਸਨਿੰਗ। 4 ਮੋਡਿਊਲਸ ਬਹੁਤ ਹੀ ਈਜ਼ੀ ਪਾਰਟ ਹੁੰਦੇ ਆ ਅਤੇ ਇੰਟਰਕਨੈਕਟਡ ਹੁੰਦੇ ਆ। ਜਿੱਦਾਂ ਕਿ ਸਪੀਕਿੰਗ ਦੇ ਸਕੋਰ ਲਿਸਨਿੰਗ ਐਂਡ ਰੀਡਿੰਗ ਦੇ ਵਿੱਚ ਜਾਂਦੇ ਆ, ਲਿਸਨਿੰਗ ਦੇ ਸਕੋਰ ਕੁਛ ਕੁ ਰਾਈਟਿੰਗ ਕੁਛ ਕੁ ਰੀਡਿੰਗ ਦੇ ਵਿੱਚ ਜਾਂਦੇ ਆ, ਹੈ ਨਾ। ਤਾਂ ਅੱਜ ਮੈਂ ਤੁਹਾਨੂੰ ਪੂਰਾ ਓਵਰਵਿਊ ਦਿਉਂਗੀ ਕਿ ਐਕਚੁਲੀ ਪੀਟੀ ਦਾ ਟੈਸਟ ਹੁੰਦਾ ਕੀ ਆ ਅਤੇ ਇਹਦੀ ਪ੍ਰੈਕਟਿਸ ਕਿੱਦਾਂ ਕਰਨੀ ਆ ਅਤੇ ਕਿੱਦਾਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਅਸੀਂ ਪ੍ਰੈਕਟਿਸ ਕਰਕੇ ਪੀਟੀ ਦੇ ਐਗਜ਼ਾਮ ਦੇ ਵਿੱਚ ਬਹੁਤ ਵਧੀਆ ਜਾਂ ਡਿਜ਼ਾਇਰੇਬਲ ਸਕੋਰ ਅਚੀਵ ਕਰ ਸਕਦੇ। ਓਕੇ, ਤਾਂ ਹੁਣ ਅਸੀਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਪੀਕਿੰਗ ਦੇ ਨਾਲ। ਸਪੀਕਿੰਗ ਦੇ ਪਾਰਟ ਦੇ ਵਿੱਚ ਟੋਟਲ 5 ਪਾਰਟਸ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ 2 ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ, 2 ਹੁੰਦੇ ਉਹ ਐਵਰੇਜ ਹੁੰਦੇ ਆ ਅਤੇ 1 ਹੁੰਦਾ ਬਿਲਕੁਲ ਲੋ ਸਕੋਰਿੰਗ ਹੁੰਦਾ ਆ। ਓਕੇ, ਜਿਹੜੇ ਆਲ 5 ਪਾਰਟਸ ਹੁੰਦੇ ਉਹ 'ਚੋਂ ਸਭ ਤੋਂ ਇੰਪੋਰਟੈਂਟ ਪਾਰਟਸ ਜਿਹੜੇ ਹੁੰਦੇ ਆ ਉਹ ਹੁੰਦੇ ਆ ਰੀਡ ਅਲਾਊਡ ਐਂਡ ਰਿਪੀਟ ਸੈਂਟੈਂਸਿਸ। ਹੁਣ ਜੇ ਅਸੀਂ ਰੀਡ ਅਲਾਊਡ ਦੀ ਗੱਲ ਕਰੀਏ, ਉਹਦੇ ਵਿੱਚ ਤੁਹਾਨੂੰ ਇਗਜ਼ਾਮ ਦੇ ਵਿੱਚ 6 to 7 ਜਾਂ 7 to 8 ਟੋਟਲ ਰੀਡ ਅਲਾਊਡ ਆਉਂਦੇ ਆ ਇਗਜ਼ਾਮ ਦੇ ਵਿੱਚ। ਉਹਦੇ ਵਿੱਚੋਂ ਤੁਹਾਡੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਹੁੰਦਾ ਆ ਜਿਹੜਾ ਅਪ ਟੂ 50 ਵਰਡਸ ਦਾ ਹੁੰਦਾ ਆ। ਉਹ ਪੈਰਾਗ੍ਰਾਫ ਨੂੰ ਤੁਸੀਂ ਨੈਚੁਰਲੀ ਸਪੀਕ ਕਰਨਾ ਹੁੰਦਾ ਆ, ਨੈਚੁਰਲੀ ਉਹਨੂੰ ਰੀਡ ਕਰਨਾ ਆ। ਜਸਟ ਉਹਨੂੰ ਰੀਡ ਕਰਨ ਤੋਂ ਪਹਿਲਾਂ ਤੁਹਾਡੇ ਕੋਲ 40 ਸੈਕਿੰਡ ਦਾ ਪ੍ਰੈਪਰੇਸ਼ਨ ਟਾਈਮ ਹੁੰਦਾ ਆ। 40 ਸੈਕਿੰਡ ਪ੍ਰੈਪਰੇਸ਼ਨ ਟਾਈਮ ਤੋਂ ਬਾਅਦ ਤੁਸੀਂ, ਉਸ ਤੋਂ ਬਾਅਦ ਇੱਕ ਬੀਪ ਚੱਲਦੀ ਹੈ ਅਤੇ ਜਦੋਂ ਹੀ ਬੀਪ ਵੱਜਦੀ ਹੈ ਉਸ ਟਾਈਮ ਤੁਸੀਂ ਸਟਾਰਟ ਕਰ ਦੇਣਾ। ਅਤੇ 35 ਸੈਕਿੰਡ ਦਾ ਟੋਟਲ ਟਾਈਮ ਹੁੰਦਾ ਜਿਹਦੇ ਵਿੱਚੋਂ ਤੁਸੀਂ ਉਹਨੂੰ 10 ਸੈਕਿੰਡ 'ਚ ਰੀਡ ਕਰ ਰਹੇ ਹੋ, 15, 20, 25 ਉਹ ਤੁਹਾਡੇ 'ਤੇ ਆ, ਹੈ ਨਾ। ਕੁਛ ਬੱਚਿਆਂ ਦੀ ਸਪੀਡ ਜ਼ਿਆਦਾ ਹੁੰਦੀ ਆ, ਕੁਛ ਬੱਚਿਆਂ ਦੀ ਨੋਰਮਲ ਹੁੰਦੀ ਆ। ਅਤੇ ਜੇ ਤੁਸੀਂ ਆਪਣੇ ਪੇਸ ਦੇ ਅਕੋਰਡਿੰਗ ਉਹਨੂੰ ਰੀਡ ਕਰਨਾ ਹੈ, ਜਸਟ ਰੀਡ ਕਰਨਾ ਹੈ। ਓਕੇ, ਇਹਦੇ ਵਿੱਚ ਤੁਸੀਂ ਫਲੋ ਨੂੰ ਮੇਨਟੇਨ ਕਰਕੇ ਰੱਖਣਾ ਹੁੰਦਾ ਅਤੇ ਕੰਟੈਂਟ ਨੂੰ ਮੇਨਟੇਨ ਕਰਕੇ ਰੱਖਣਾ ਹੁੰਦਾ। ਜੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ, ਸੈਕਿੰਡ ਪਾਰਟ ਜਿਹੜਾ ਆ ਜਾਂਦਾ ਹੈਗਾ ਉਹ ਰਿਪੀਟ ਸੈਂਟੈਂਸਿਸ ਕਿਹਾ ਜਾਂਦਾ ਵਾ। ਰਿਪੀਟ ਸੈਂਟੈਂਸਿਸ ਦੇ ਵਿੱਚ ਟੋਟਲ ਐਗਜ਼ਾਮ ਦੇ ਵਿੱਚ ਤੁਹਾਨੂੰ 9 to 10 ਰਿਪੀਟ ਸੈਂਟੈਂਸਿਸ ਆਉਂਦੇ ਆ। ਅਪ ਟੂ ਲਾਈਕ 8 to 15 ਵਰਡਸ ਦੇ ਬਿਟਵੀਨ ਇੱਕ ਸੈਂਟੈਂਸ ਹੁੰਦਾ ਆ ਜਿਹੜਾ ਸਪੀਕਰ ਬੋਲਦਾ ਆ, ਤਾਂ ਉਹਨੂੰ ਤੁਸੀਂ ਉਸ ਤੋਂ ਬਾਅਦ ਜਿੰਨਾ ਹੋ ਸਕੇ ਉਹਨੂੰ ਰਿਪੀਟ ਕਰਨਾ ਹੁੰਦਾ ਆ। ਉਹਦੇ ਵਿੱਚ ਤੁਹਾਨੂੰ ਇੱਕ ਐਗਜ਼ਾਮਪਲ ਲਈ ਮੈਂ ਇੱਕ ਵੀਡੀਓ ਬਣਾ ਕੇ ਦੇਵਾਂਗੀ, ਉਹਦੇ ਵਿੱਚ ਤੁਹਾਨੂੰ ਆਈਡੀਆ ਹੋਜੂਗਾ ਕਿ ਕਿੱਦਾਂ ਉਹਨੂੰ ਕਰਨਾ ਜਾਂ ਕਿੱਦਾਂ ਉਹਦੀ ਪ੍ਰੈਕਟਿਸ ਕਰਨੀ ਆ, ਹੈ ਨਾ। ਇਹ ਸਾਰੇ ਟੋਪਿਕਸ ਇੱਕ ਵਾਰੀ ਮੈਂ ਸਿਰਫ ਤੁਹਾਨੂੰ ਓਵਰਵਿਊ ਦੇ ਰਹੀ ਹਾਂ, ਉਸ ਤੋਂ ਬਾਅਦ ਤੁਹਾਨੂੰ ਐਕਸਪਲੇਨ ਕਰਾਂਗੇ ਕਿ ਕਿੱਦਾਂ ਕਿੱਦਾਂ ਇਹਨਾਂ ਨੂੰ ਪ੍ਰੈਕਟਿਸ ਕਰਨਾ ਹੈ। ਉਹ ਵੀਡੀਓ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ, ਹੈ ਨਾ। ਤਾਂ ਰਿਪੀਟ ਸੈਂਟੈਂਸ ਦੇ ਵਿੱਚ ਇੱਕ ਸੈਂਟੈਂਸ ਹੋਏਗਾ ਜਿਹੜਾ ਸਪੀਕਰ ਬੋਲੇਗਾ, ਉਹਨੂੰ ਐਜ਼ ਮਚ ਐਜ਼ ਜਾਂ ਜਿੰਨਾ ਵੀ ਤੁਹਾਡੇ ਤੋਂ ਹੋ ਸਕੇ 50%, 60%, 70% ਜਾਂ 90% ਜਾਂ 100% ਜਿੰਨਾ ਵੀ ਤੁਸੀਂ ਉਹਨੂੰ ਬੋਲਣਾ ਹੈਗਾ, ਉਹਨੂੰ ਫਲੂਐਂਟਲੀ ਬੋਲਣਾ ਆ ਅਤੇ ਐਜ਼ ਇਟ ਇਜ਼ ਵਰਡਸ ਤੁਸੀਂ ਸੀਕੁਐਂਸ ਦੇ ਵਿੱਚ ਲੈ ਕੇ ਚੱਲਣਾ। ਤਾਂ ਈਜ਼ੀ, ਮਤਲਬ ਬਹੁਤ ਇੰਪੋਰਟੈਂਟ ਕਹਿ ਸਕਦੇ ਹਾਂ, ਪ੍ਰੈਕਟਿਸ ਕਰੇਗੀ ਤਾਂ ਈਜ਼ੀ ਪਾਰਟ ਵੀ ਹੈਗਾ, ਹੈ ਨਾ। ਇਹ ਤੁਹਾਡੇ ਸਕੋਰ ਜਿਹੜੇ ਲਿਸਨਿੰਗ ਦੇ ਵਿੱਚ ਵੀ ਦਿੰਦਾ ਆ, ਸਪੀਕਿੰਗ ਸਾਈਮਲਟੇਨੀਅਸਲੀ ਲਿਸਨਿੰਗ ਦੇ ਵਿੱਚ ਹੀ ਵੀ ਸਕੋਰ ਦਿੰਦਾ ਆ। ਟੋਟਲ 52 or 53 ਮਾਰਕਸ ਦਾ ਹੁੰਦਾ ਆ, ਜਿਹਦੇ ਵਿੱਚੋਂ 31 ਸਪੀਕਿੰਗ ਦੇ ਵਿੱਚ ਰਹਿੰਦੇ ਮਾਰਕਸ ਅਤੇ 20+ ਮਾਰਕਸ ਤੁਹਾਡੇ ਲਿਸਨਿੰਗ ਦੇ ਵਿੱਚ ਜਾਂਦੇ। ਬਹੁਤ ਈਜ਼ੀ ਪਾਰਟ ਹੈਗਾ ਆ, ਇਹਦੇ ਨਾਲ ਤੁਸੀਂ ਵਧੀਆ ਸਕੋਰ ਅਚੀਵ ਕਰ ਸਕਦੇ ਹੋ ਲਿਸਨਿੰਗ ਦੇ ਵਿੱਚ ਵੀ ਆਪਣੇ, ਹੈ ਨਾ। ਦੈਨ ਥਰਡ ਪਾਰਟ ਆ ਜਾਂਦਾ ਡਿਸਕ੍ਰਾਈਬ ਇਮੇਜ। ਡਿਸਕ੍ਰਾਈਬ ਇਮੇਜ ਦੇ ਵਿੱਚ ਕੀ ਹੁੰਦਾ ਹੈ ਕਿ ਇਮੇਜ ਤੁਹਾਡੀ ਸਕਰੀਨ 'ਤੇ ਆਉਂਦੀ ਆ, ਉਹ ਬਾਰ ਗ੍ਰਾਫ ਵੀ ਹੋ ਸਕਦੀ ਹੈ, ਉਹ ਪਾਈ ਚਾਰਟ ਵੀ ਹੋ ਸਕਦੀ ਹੈ, ਲਾਈਨ ਗ੍ਰਾਫ ਵੀ ਹੋ ਸਕਦੀ ਹੈ, ਮੈਪ ਵੀ ਹੋ ਸਕਦਾ ਜਾਂ ਕੋਈ ਵੀ ਜਨਰਲ ਇਮੇਜ ਹੋ ਸਕਦੀ ਆ। ਉਹ ਇਮੇਜ ਨੂੰ ਤੁਸੀਂ ਟੋਟਲ ਤੁਹਾਡੇ ਕੋਲ ਪ੍ਰੈਪਰੇਸ਼ਨ 25 ਸੈਕਿੰਡ ਦਾ ਹੁੰਦਾ ਆ, 40 ਸੈਕਿੰਡ ਦਾ ਤੁਹਾਡੇ ਕੋਲ ਟਾਈਮ ਹੁੰਦਾ ਹੈ। ਉਹਦੇ ਵਿੱਚ ਤੁਸੀਂ ਉਹ ਹੀ ਸੇਮ ਹੀ ਹੈ ਕਿ ਅਪ ਟੂ 10 ਸੈਕਿੰਡ 15 ਸੈਕਿੰਡ 20 ਸੈਕਿੰਡ ਕਿੰਨਾ ਵੀ ਬੋਲ ਸਕਦੇ ਹੋ, ਹੈ ਨਾ। ਇਹਦੇ ਵਿੱਚ ਇੱਕ ਹੁੰਦਾ ਕਿ ਤੁਸੀਂ ਫਲੂਐਂਟਲੀ ਬੋਲਣਾ ਹੁੰਦਾ ਆ ਅਤੇ ਕੰਟੈਂਟ ਮੈਟਰ ਨਹੀਂ ਕਰਦਾ, ਸਿਰਫ ਫਲੋ ਨੂੰ ਮੈਨੇਜ ਕਰਕੇ ਰੱਖਣਾ। ਫਲੋ ਨੂੰ ਮੈਨੇਜ ਕਰਨ ਲਈ ਤੁਹਾਡੇ ਟੈਂਪਲੇਟਸ ਹੈਲਪ ਕਰਦੇ ਆ। ਟੈਂਪਲੇਟਸ ਜੇ ਤਾਂ ਤੁਹਾਡੇ ਕੋਲ ਖੁਦ ਦੇ ਹੋਣਗੇ ਤਾਂ ਠੀਕ ਹੈ, ਜੇ ਤੁਹਾਡੇ ਕੋਲ ਖੁਦ ਦੇ ਟੈਂਪਲੇਟਸ ਨਹੀਂਗੇ ਤਾਂ ਤੁਸੀਂ ਟੈਂਪਲੇਟਸ ਅਸੀਂ ਡਿਸਕ੍ਰਿਪਸ਼ਨ ਲਿਸਟ ਦੇ ਵਿੱਚ ਪਾ ਦਾਂਗੇ, ਉੱਥੋਂ ਟੈਂਪਲੇਟ ਲੈ ਕੇ ਯੂਜ਼ ਕਰ ਸਕਦੇ ਹੋ। ਹੁਣ ਇੱਥੇ ਕੁਝ ਸਟੂਡੈਂਟਸ ਜਿਹੜੇ ਨਵੇਂ ਹੁੰਦੇ ਪੀਟੀ ਲਈ, ਉਹਨਾਂ ਦੀ ਪ੍ਰੋਬਲਮ ਹੁੰਦੀ ਆ ਕਿ ਉਹਨਾਂ ਨੇ ਆਲਸ ਪਹਿਲਾਂ ਕੀਤਾ ਹੁੰਦਾ ਤਾਂ ਉਹ ਐਜ਼ ਇਟ ਇਜ਼ ਉਹਨਾਂ ਨੂੰ ਲੱਗਦਾ ਕਿ ਅਸੀਂ ਇਗਜ਼ਾਮ ਦੇ ਵਿੱਚ ਫਲੂਐਂਟਲੀ ਬੋਲਾਂਗੇ। ਤਾਂ ਪਲੀਜ਼ ਜਿਉਂ ਵੀ ਤੁਸੀਂ ਪੀਟੀ ਦੇ ਇਗਜ਼ਾਮ ਦੇ ਵਿੱਚ ਜਾ ਰਹੇ ਹੋ ਤਾਂ ਹਮੇਸ਼ਾ ਟੈਂਪਲੇਟਸ ਦੀ ਹੈਲਪ ਲਓ, ਉਹਦੇ ਨਾਲ ਤੁਹਾਡਾ ਫਲੋ ਮੇਨਟੇਨ ਰਹਿੰਦਾ, ਹੈ ਨਾ। ਇਸ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ, ਟੋਟਲ 3 to 4 ਡਿਸਕ੍ਰਾਈਬ ਇਮੇਜ ਹੋਣਗੀਆਂ। ਓਕੇ, ਹੁਣ ਅਸੀਂ ਨੈਕਸਟ ਪਾਰਟ ਜਿਹੜਾ 4th ਪਾਰਟ ਨੂੰ ਰੀਟੇਲ ਲੈਕਚਰ ਕਿਹਾ ਜਾਂਦਾ। ਇਗਜ਼ਾਮ ਦੇ ਵਿੱਚ 1 to 2 ਹੁੰਦੇ ਆ, ਕੁਛ ਸਟੂਡੈਂਟਸ ਲਈ ਕੁਛ ਇਗਜ਼ਾਮਸ ਦੇ ਵਿੱਚ 1 ਹੁੰਦੇ ਆ, ਕੁਛ ਦੇ ਬਦਲੇ ਕੁਛ ਇਗਜ਼ਾਮ ਦੇ ਵਿੱਚ 2 ਰੀਟੇਲ ਲੈਕਚਰ ਹੁੰਦੇ ਆ। ਓਕੇ, ਰੀਟੇਲ ਲੈਕਚਰ ਦੇ ਵਿੱਚ ਤੁਸੀਂ
ਇਹ ਅਗੇਨ ਲਿਸਨਿੰਗ ਐਂਡ ਸਪੀਕਿੰਗ ਨੂੰ ਸਪੋਰਟ ਕਰਦਾ ਆ। ਲਿਸਨਿੰਗ ਦੇ ਵਿੱਚ ਵੀ 6 ਮਾਰਕਸ ਜਾਂਦੇ ਆ, ਸਪੀਕਿੰਗ ਦੇ ਵਿੱਚ ਵੀ 6 ਮਾਰਕਸ ਜਾਂਦੇ ਆ, ਹੈ ਨਾ। ਤਾਂ ਤੁਸੀਂ ਇਹਦੇ ਵਿੱਚ ਇੱਕ ਲੈਕਚਰ ਹੋਏਗਾ ਜਿਹੜਾ ਅਪ ਟੂ 1 to 2 ਮਿੰਟ ਦਾ ਲੈਕਚਰ ਹੋ ਸਕਦਾ ਹੈ, 50 ਸੈਕਿੰਡ to 2 ਮਿੰਟ ਦਾ ਹੋ ਸਕਦਾ, ਕਿੰਨਾ ਵੀ ਇੱਕ ਲੈਕਚਰ ਪਲੇ ਹੁੰਦਾ ਹੈ। ਲੈਕਚਰ ਦੇ ਵਿੱਚ ਤੁਸੀਂ ਉਹਨੂੰ ਸੁਣਨਾ ਆ, ਤੁਸੀਂ ਉਹਦੇ ਵਿੱਚੋਂ ਕੀਵਰਡਸ ਲੈ ਸਕਦੇ ਹੋ, ਤੁਸੀਂ ਉਹਦੇ ਵਿੱਚੋਂ ਲਾਈਨਸ ਲਓ, ਮੇਨ ਟੋਪਿਕਸ ਦੇ ਕੀਵਰਡਸ ਲੈ ਕੇ ਤੁਸੀਂ ਆਪਣੀ ਨੋਟਬੁੱਕ 'ਤੇ ਉਹਨੂੰ ਲਿਖ ਲੈਣਾ ਆ। ਅਤੇ ਜਦੋਂ ਉਸ ਤੋਂ ਬਾਅਦ ਤੁਹਾਡਾ ਟਾਈਮ ਸਟਾਰਟ ਹੋਏਗਾ, ਉਹਦੇ ਵਿੱਚ 10 ਸੈਕਿੰਡ ਦਾ ਤੁਹਾਡੇ ਕੋਲ ਪ੍ਰੈਪਰੇਸ਼ਨ ਟਾਈਮ ਹੁੰਦਾ, ਹੈ ਨਾ। ਅਤੇ ਜਦੋਂ 10 ਸੈਕਿੰਡ ਦਾ ਪ੍ਰੈਪਰੇਸ਼ਨ ਟਾਈਮ ਲੈ ਕੇ ਅਗੇਨ ਬੀਪ ਸਾਊਂਡ ਆਉਂਦੀ ਹੈ, ਜਦੋਂ ਹੀ ਬੀਪ ਸਾਊਂਡ ਆਉਂਦੀ ਹੈ ਜਾਂ ਜਦੋਂ ਹੀ ਰਿਕਾਰਡਰ ਪਲੇ ਹੁੰਦਾ ਆ, ਤੁਸੀਂ ਉਹਨੂੰ ਰਿਕਾਰਡ ਕਰਨਾ ਸ਼ੁਰੂ ਕਰ ਦੇਣਾ, ਤੁਸੀਂ ਉਹਨੂੰ ਬੋਲਣਾ ਸ਼ੁਰੂ ਕਰ ਦੇਣਾ। ਅਗੇਨ ਇਹਦੇ ਵਿੱਚ ਟਾਈਮ ਹੁੰਦਾ 40 ਸੈਕਿੰਡ ਦਾ, ਤੁਸੀਂ ਇਹਨੂੰ 10 ਸੈਕਿੰਡ ਬੋਲੋ, 20, 15, 30 ਤੁਹਾਡੇ 'ਤੇ ਆ, ਹੈ ਨਾ, ਕਿ ਤੁਸੀਂ ਕਿੰਨਾ ਕੰਟੈਂਟ ਲਿਆ ਅਤੇ ਜਾਂ ਕਿੱਦਾਂ ਦਾ ਤੁਹਾਡਾ ਟੈਂਪਲੇਟ ਹੈਗਾ, ਹੈ ਨਾ। ਇਹਦੇ ਵਿੱਚ ਕੁਛ ਨਹੀਂ ਹੈਗਾ ਕਿ ਇੱਦਾਂ ਨਹੀਂ ਹੁੰਦਾ ਕਿ ਜੇ ਤੁਸੀਂ 10 ਸੈਕਿੰਡ ਬੋਲੇ ਤੁਹਾਡੇ ਘੱਟ ਸਕੋਰ ਆਉਣਗੇ। ਜੇ ਤੁਸੀਂ 10 ਸੈਕਿੰਡ ਬੋਲਿਆ, ਫਲੂਐਂਟਲੀ ਬੋਲਿਆ, ਕੰਟੈਂਟ ਸਟਰੋਂਗ ਸੀਗਾ, ਫਾਈਨ, ਤੁਸੀਂ ਬਹੁਤ ਵਧੀਆ ਸਕੋਰ ਅਚੀਵ ਕਰੋਗੇ, ਹੈ ਨਾ, ਕੋਈ ਪ੍ਰੋਬਲਮ ਨਹੀਂ। ਇਹ ਵੀ ਨਹੀਂ ਹੈਗਾ ਕਿ ਤੁਸੀਂ 40 ਸੈਕਿੰਡ ਬੋਲਿਆ ਤੁਹਾਡੇ ਬਹੁਤ ਵਧੀਆ ਸਕੋਰ ਕੀਤੇ ਤੁਸੀਂ, ਹੈ ਨਾ। ਜੇ 40 ਸੈਕਿੰਡ ਬੋਲਿਆ ਤੁਸੀਂ ਫਲੂਐਂਟਲੀ ਨਹੀਂ ਬੋਲਿਆ, ਤੁਸੀਂ ਕੰਟੈਂਟ ਨਹੀਂ ਵਧੀਆ ਦਿੱਤਾ, ਤਾਂ ਵੀ ਤੁਹਾਡੇ ਘੱਟ ਸਕੋਰ ਹੋਣਗੇ, ਹੈ ਨਾ। ਅਤੇ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦਾ ਲੈਣੇ ਆ। ਅਤੇ ਲਾਸਟ ਪਾਰਟ ਜਿਹੜਾ ਸਪੀਕਿੰਗ ਦਾ ਹੁੰਦਾ ਹੈ, ਉਹ ਹੁੰਦਾ ਜੀ ਆਨਸਰ ਸ਼ੋਰਟ ਕੁਐਸਚਨ। ਕਹਿ ਸਕਦੇ ਹਾਂ ਕਿ ਬਿਲਕੁਲ ਇੰਪੋਰਟੈਂਟ ਨਹੀਂ ਹੈਗੇ, ਬਟ ਜੇ ਤਾਂ ਤੁਹਾਨੂੰ ਕੁਐਸਚਨ ਬੋਲਣਗੇ ਇੱਕ ਐਜ਼ ਇਟ ਇਜ਼, ਤੁਸੀਂ ਉਹਨੂੰ ਰਿਪੀਟ ਕਰ ਸਕਦੇ ਹੋ, ਜਾਂ ਉਹਦੇ ਵਿੱਚ ਕੋਈ ਵੀ ਆਨਸਰ ਲਗਾ ਸਕਦੇ ਹੋ, ਜਾਂ ਤੁਸੀਂ ਜੇ ਬਿਲਕੁਲ ਹੀ ਕੁਛ ਨਹੀਂ ਆ ਰਿਹਾ ਤਾਂ ਆਈ ਡੋਂਟ ਨੋ ਕਹਿ ਸਕਦੇ ਹੋ। ਕੋਈ ਰੂਲਸ ਨਹੀਂ, ਬਸ ਫਲੋ ਨੂੰ ਮੇਨਟੇਨ ਕਰਨਾ ਹੈ। 1 ਵਰਡ ਆਨਸਰ ਦਿਓ, 2 ਵਰਡ ਆਨਸਰ ਦਿਓ, ਤੁਹਾਡੇ 'ਤੇ ਆ, ਹੈ ਨਾ, ਕੋਈ ਇਸ਼ੂ ਨਹੀਂ ਗਾ। ਕੁਐਸਚਨ ਬੋਲਦੇ ਆ, ਤੁਸੀਂ ਨਾਲ ਹੀ ਉਹਦਾ ਆਨਸਰ ਕਰ ਦੇਣਾ ਹੁੰਦਾ, ਹੈ ਨਾ, ਜੋ ਵੀ ਤੁਹਾਨੂੰ ਆਉਂਦਾ। ਜੇ ਤੋਂ ਆਨਸਰ ਆਉਂਦਾ ਤਾਂ ਵੈਲ ਐਂਡ ਗੁੱਡ, ਨਹੀਂ ਆਉਂਦਾ ਤਾਂ ਤੁਸੀਂ ਵਿੱਚ ਆਈ ਡੋਂਟ ਨੋ ਵੀ ਕਹਿ ਸਕਦੇ ਹੋ, ਜਾਂ ਕੋਈ ਵੀ ਵਰਡ 1-2 ਤੁਸੀਂ ਆਪਣੇ ਵਰਡਸ ਜਿਹੜੀ ਕੁਐਸਚਨ ਦੇ ਵਿੱਚੋਂ ਹੀ ਕੋਈ ਵਰਡ ਰਿਪੀਟ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਤੁਸੀਂ ਦੇਖਣਾ ਹੈ ਕਿ ਕੁਛ ਬੱਚੇ 2-3 ਵਾਰੀ ਆਨਸਰ ਕਰੀ ਜਾਂਦੇ, ਉਹ ਚੀਜ਼ ਨਾ ਕਰੋ। ਜੋ ਵੀ ਤੁਹਾਨੂੰ ਲੱਗਦਾ ਹੈਗਾ ਤੁਸੀਂ ਆਨਸਰ ਕਰਕੇ ਨੈਕਸਟ ਕਰ ਲਓ, ਕਿਉਂਕਿ ਬਹੁਤ ਹੀ ਲੋ ਸਕੋਰਿੰਗ ਹੈਗਾ ਆ। ਤਾਂ ਜੇ ਤੁਸੀਂ ਪੀਟੀ ਦੀ ਪ੍ਰੈਕਟਿਸ ਕਰ ਰਹੇ ਹੋ, ਹਾਂ, 1-2 ਵਾਰੀ ਜਾਂ ਮੌਕ ਟੈਸਟ ਦੇ ਵਿੱਚ ਤੁਸੀਂ ਆਨਸਰ ਸ਼ੋਰਟ ਕੁਐਸਚਨ ਕਰਕੇ ਦੇਖ ਲਓ, ਬਟ ਟਾਈਮ ਨਾ ਵੇਸਟ ਕਰੋ ਇਹਨਾਂ ਚੀਜ਼ਾਂ 'ਤੇ, ਹੈ ਨਾ। ਤਾਂ ਇਹ ਸੀਗਾ ਟੋਟਲ ਆਪਣਾ ਸਪੀਕਿੰਗ ਦਾ ਓਵਰਵਿਊ। ਓਕੇ, ਹੁਣ ਸਪੀਕਿੰਗ ਦੇ ਬਾਅਦ ਅਸੀਂ ਚੱਲਾਂਗੇ ਰਾਈਟਿੰਗ ਪਾਰਟ 'ਤੇ, ਠੀਕ ਹੈ। ਰਾਈਟਿੰਗ ਪਾਰਟ ਦੇ ਵਿੱਚ 2 ਟੋਪਿਕਸ ਹੁੰਦੇ ਆ। ਸਭ ਤੋਂ ਪਹਿਲਾਂ ਹੁੰਦਾ ਸਮਰਾਈਜ਼ ਰਿਟਨ ਟੈਕਸਟ, 1-2 ਹੁੰਦੇ ਇਗਜ਼ਾਮ ਦੇ ਵਿੱਚ ਆਉਂਦੇ ਤੁਹਾਨੂੰ, ਹੈ ਨਾ। ਉਹਦੇ ਵਿੱਚ ਕੀ ਹੁੰਦਾ, ਇੱਕ ਪੈਰਾਗ੍ਰਾਫ ਦਿੱਤਾ ਹੁੰਦਾ ਤੁਹਾਡੀ ਸਕਰੀਨ ਦੇ ਉੱਤੇ, ਪੈਰਾਗ੍ਰਾਫ ਨੂੰ ਤੁਸੀਂ ਰੀਡ ਕਰਕੇ 10 ਸੈਕਿੰਡ ਦਾ ਟਾਈਮ ਹੁੰਦਾ, ਤੁਸੀਂ ਉਹਨੂੰ ਟਾਈਪ ਕਰਨਾ ਸਮਰਾਈਜ਼ ਕਰਕੇ। ਤਾਂ ਹੁਣ ਇਹਦੇ ਵਿੱਚ ਕੋਈ ਰੂਲਸ ਨਹੀਂ ਹੈਗੇ, ਤਾਂ ਜੇ ਤੁਸੀਂ ਉਸ ਪੈਰਾਗ੍ਰਾਫ ਨੂੰ ਰੀਡ ਕਰਕੇ ਉਸ ਤੋਂ ਬਾਅਦ ਉਹਨੂੰ ਉਹ 'ਚ ਵਰਡਸ ਐਕਸਟ੍ਰੈਕਟ ਕਰਕੇ ਗ੍ਰਾਮੈਟੀਕਲੀ ਉਹਨੂੰ ਐਡਜਸਟ ਕਰੋਗੇ, ਨਾ ਤਾਂ ਤੁਹਾਡੇ ਕੋਲ ਇੰਨਾ ਟਾਈਮ ਹੁੰਦਾ ਅਤੇ ਨਾ ਤੁਹਾਡੇ ਕੋਲ ਇੰਨੀ ਆਪਣੀ ਟਾਈਪਿੰਗ ਸਪੀਡ ਹੀ ਹੁੰਦੀ ਹੈ ਕਿ ਉਹਨੂੰ ਲਾਈਕ ਗ੍ਰਾਮੈਟੀਕਲੀ ਅਰੇਂਜ ਕਰਕੇ ਉਹਨੂੰ ਲਿਖ ਸਕੀਏ। ਤਾਂ ਇਹਦੇ ਵਿੱਚ ਕੀ ਹੁੰਦੇ, ਬਹੁਤ ਵਧੀਆ ਹੈਗਾ ਪੀਅਰਸਨ ਵੱਲੋਂ, ਮਤਲਬ ਜਿਹੜਾ ਟੈਸਟ ਆ ਨਾ, ਫੁੱਲ ਪੀਅਰਸਨ ਦਾ ਟੈਸਟ ਜਾਂ ਪੀ ਟੀ ਦਾ ਟੈਸਟ ਹੁੰਦਾ, ਬਹੁਤ ਈਜ਼ੀ ਟੈਸਟ ਕਹਿ ਸਕਦੇ ਹਾਂ, ਹੈ ਨਾ। ਇਹਦੇ ਵਿੱਚ ਆਪਸ਼ਨਸ ਬਹੁਤ ਆ, ਅਤੇ ਇਹਦੇ ਵਿੱਚ ਸਮਰੀ ਦੇ ਵਿੱਚ ਤੁਸੀਂ ਕੀ ਕਰਨਾ, 1-2 ਲਾਈਨਸ ਲੈਣੀ ਆ, ਉਹਨਾਂ ਨੂੰ ਕਿਸੇ ਵੀ ਕੰਜੈਂਕਸ਼ਨ ਨਾਲ ਜਾਂ ਕੌਮਾ ਨਾਲ ਜੋੜ ਕੇ ਤੁਸੀਂ ਉਹਨੂੰ ਲਿਖ ਦੇਣਾ। ਇਹਦੇ ਵਿੱਚ ਸਿਰਫ ਇੱਕ ਹੀ ਰੂਲ ਹੁੰਦਾ ਕਿ ਤੁਸੀਂ ਇਹਦੇ 'ਚ ਫੁੱਲ ਸਟੋਪ ਨਹੀਂ ਲਗਾ ਸਕਦੇ, ਸਮਰੀ ਲਿਖਣੀ ਆ ਤੁਸੀਂ, ਸਿੰਗਲ ਸੈਂਟੈਂਸ ਹੁੰਦੀ ਆ, ਹੈ ਨਾ। ਤਾਂ ਇਹ ਇੰਪੋਰਟੈਂਟ ਹੁੰਦੀ ਤੁਹਾਡੀ ਰੀਡਿੰਗ ਲਈ, ਠੀਕ ਹੈ। ਤਾਂ ਤੁਸੀਂ ਫਸਟ ਲਾਈਨ, ਸੈਕਿੰਡ ਲਾਈਨ, ਥਰਡ ਲਾਈਨ, ਟੋਟਲ 3 ਲਾਈਨਸ ਨੂੰ ਐਡਜਸਟ ਕਰ ਸਕਦੇ ਹੋ, ਜਾਂ ਵਿੱਚੋਂ ਕੋਈ ਵੀ ਲਾਈਨਸ ਲੈ ਕੇ ਉਹਨਾਂ ਨੂੰ ਸੈੱਟ ਕਰਕੇ ਲਿਖ ਸਕਦੇ ਹੋ। ਜੇ ਤੁਹਾਨੂੰ ਤੁਸੀਂ ਲੈਣਾ ਆਈਡੀਆ ਕਿ ਕਿੱਦਾਂ ਕਰਨੀ ਹੈ, ਤਾਂ ਕੁਛ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਪਾ ਦਾਂਗੇ, ਤੁਸੀਂ ਉੱਥੋਂ ਆਈਡੀਆ ਲੈ ਸਕਦੇ ਹੋ ਕਿ ਤੁਸੀਂ ਸਮਰੀ ਨੂੰ ਕਿੱਦਾਂ ਅਰੇਂਜ ਕਰਨਾ, ਹੈ ਨਾ। ਤਾਂ ਰੀਡਿੰਗ ਲਈ ਅਤੇ ਰਾਈਟਿੰਗ ਲਈ ਬਹੁਤ ਇੰਪੋਰਟੈਂਟ ਆ। ਸਪੈਲਿੰਗਸ ਮੈਟਰ ਕਰਦੇ ਹੈਗੇ ਇਹਦੇ ਵਿੱਚ, ਅਤੇ ਕੰਟੈਂਟ ਮੈਟਰ ਕਰਦਾ, ਠੀਕ ਹੈ। ਅਤੇ ਕੰਟੈਂਟ ਤੁਹਾਡੀ ਰੀਡਿੰਗ ਨੂੰ ਸਕੋਰ ਦਿੰਦਾ। ਓਕੇ, ਨੈਕਸਟ ਜਿਹੜਾ ਪਾਰਟ ਹੁੰਦਾ ਐਸੇ, ਰਾਈਟ ਐਨ ਐਸੇ। ਐਸੇ ਦੇ ਵਿੱਚ ਟੋਟਲ 1-2 ਹੁੰਦੇ ਆ, ਸਿਰਫ ਰਾਈਟਿੰਗ ਦੇ ਵਿੱਚ ਸਕੋਰ ਰਹਿੰਦੇ ਆ। ਤਾਂ ਇਹਦੇ ਵਿੱਚ ਵਰਡ ਲਿਮਿਟ 200-300 ਹੁੰਦੀ ਆ, ਦੈਟ ਮਾਈਟ ਬੀ 201, ਦੈਟ ਮਾਈਟ ਬੀ 205, 250 ਅਪ ਟੂ 300। ਓਕੇ, ਤੁਸੀਂ ਕਿੰਨੀ ਵੀ ਤੁਹਾਡੇ ਕੰਟੈਂਟ 'ਤੇ ਜਾਂ ਤੁਹਾਡੇ ਟੈਂਪਲੇਟ 'ਤੇ ਮੈਂ ਹੈਗਾ ਹੈ ਕਿ ਤੁਸੀਂ ਕਿੰਨਾ, 200 ਤੋਂ ਘੱਟ ਨਾ ਹੋਵੇ ਤੁਹਾਡੀ ਵਰਡ ਲਿਮਿਟ, ਹੈ ਨਾ। ਤਾਂ ਤੁਸੀਂ ਕੋਈ ਵੀ ਸਟਰੋਂਗ ਟੈਂਪਲੇਟ ਲੈ ਲਓ, ਅਤੇ ਟੈਂਪਲੇਟ ਦੇ ਵਿੱਚ ਆਪਣੇ ਕੀਵਰਡਸ ਕੁਐਸਚਨ ਦੇ ਵਿੱਚੋਂ ਜਾਂ ਫਿਰ ਕੁਐਸਚਨ ਲਾਈਨ ਜਾਂ 1-2 ਸੈਂਟੈਂਸ ਐਡ ਕਰਕੇ ਤੁਸੀਂ ਆਪਣਾ ਐਸੇ ਨੂੰ ਬਹੁਤ ਵਧੀਆ ਤਰੀਕੇ ਨਾਲ ਅਰੇਂਜ ਕਰਕੇ ਉਹਦੇ ਵਿੱਚ ਸਪੈਲਿੰਗ ਜ਼ਰੂਰ ਚੈੱਕ ਕਰ ਲਿਓ, ਹੈ ਨਾ। ਤਾਂ ਇਹ ਸੀਗਾ ਟੋਟਲ ਸਪੀਕਿੰਗ ਐਂਡ ਰਾਈਟਿੰਗ ਦਾ ਓਵਰਵਿਊ। ਰਾਈਟਿੰਗ ਤੋਂ ਬਾਅਦ ਸਾਡੇ ਇਗਜ਼ਾਮ ਦੇ ਵਿੱਚ ਨੈਕਸਟ ਪਾਰਟ ਜਿਹੜਾ ਪੀ ਟੀ ਦੇ ਇਗਜ਼ਾਮ ਦਾ ਹੁੰਦਾ, ਉਹ ਹੁੰਦਾ ਜੀ ਰੀਡਿੰਗ। ਰੀਡਿੰਗ ਦੇ ਵਿੱਚ ਤੁਹਾਡੇ ਟੋਟਲ 5 ਪਾਰਟਸ ਹੁੰਦੇ ਆ।
फाइव पार्ट्स ਦੇ ਵਿੱਚ ਦੋ ਪਾਰਟਸ ਜਿਹੜੇ ਹੁੰਦੇ ਆ, ਫਾਈਵ ਪਾਰਟਸ ਦੇ ਵਿੱਚ ਟੂ ਪਾਰਟਸ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਟੂ ਪਾਰਟਸ ਦੇ ਵਿੱਚ ਕੀ ਹੁੰਦਾ, ਸਭ ਤੋਂ ਪਹਿਲਾਂ ਆਉਂਦੀਆਂ ਕਿ ਓਵਰਆਲ ਫਾਈਵ ਪਾਰਟਸ ਦੇ ਵਿੱਚ ਕੀ ਹੁੰਦਾ, ਸਭ ਤੋਂ ਪਹਿਲਾਂ ਰੀਡਿੰਗ ਐਂਡ ਰਾਈਟਿੰਗ ਬਲੈਂਕਸ ਆਉਂਦੀਆਂ। ਰੀਡਿੰਗ ਐਂਡ ਰਾਈਟਿੰਗ ਬਲੈਂਕਸ ਇਗਜ਼ਾਮ ਦੇ ਵਿੱਚ ਤੁਹਾਨੂੰ ਫਾਈਵ ਟੂ ਸਿਕਸ ਪੈਰਾਗ੍ਰਾਫਸ ਆਉਂਦੇ ਆ, ਤਾਂ ਟੋਟਲ ਟਾਈਮ ਜਿਹੜਾ ਤੁਸੀਂ ਰੀਡਿੰਗ ਐਂਡ ਰਾਈਟਿੰਗ ਬਲੈਂਕਸ ਦੇ ਉੱਪਰ ਸਪੈਂਡ ਕਰਨਾ ਹੁੰਦਾ ਹੈ ਉਹ ਤੁਸੀਂ ਓਨਲੀ 2.5 ਸੈਕਿੰਡ ਜਾਂ 2 to 3 ਸੈਕਿੰਡ ਸੋਰੀ ਓਨਲੀ 2.5 ਮਿੰਟ ਜਾਂ 2 to 3 ਮਿੰਟ ਇੱਕ ਪੈਰਾਗ੍ਰਾਫ ਲਈ ਡਿਵੋਟ ਕਰਦੇ ਹੋ ਤੁਸੀਂ। ਇੱਕ ਪੈਰਾਗ੍ਰਾਫ ਦੇ ਵਿੱਚ ਜਿਹੜੀਆਂ ਬਲੈਂਕਸ ਹੁੰਦੀਆਂ ਵੈਰੇ ਹੋ ਸਕਦੀਆਂ, 5 to 8 ਕਿਤੇ ਵੀ ਹੋ ਸਕਦੀਆਂ। ਕਿਸੇ ਪੈਰਾਗ੍ਰਾਫ ਦੇ ਵਿੱਚ 5 ਹੁੰਦੀਆਂ, ਕਿਸੇ ਵਿੱਚ 4 ਹੁੰਦੀਆਂ, 8 ਹੁੰਦੀਆਂ, 7 ਹੁੰਦੀਆਂ, ਇਟਸ ਅਪ ਟੂ ਪੈਰਾਗ੍ਰਾਫ ਹੈ ਨਾ। ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਪੈਰਾਗ੍ਰਾਫ ਨੂੰ ਰੀਡ ਕਰਨਾ ਆ, ਹਰੇਕ ਬਲੈਂਕ ਜਿਹੜੀ ਹੋਏਗੀ ਉਹਦੇ ਫੋਰ ਆਪਸ਼ਨਸ ਹੋਣਗੀਆਂ। ਆਲ ਫੋਰ ਆਪਸ਼ਨਸ ਦੇ ਵਿੱਚੋਂ ਤੁਸੀਂ ਇੱਕ ਆਪਸ਼ਨ ਸਿਲੈਕਟ ਕਰਕੇ ਦੇਣੀ ਆ। ਤੁਸੀਂ ਉਹਦੇ ਲਈ ਕੋਲੋਕੇਸ਼ਨ ਲਿਸਟ ਆਪਣੀ ਯੂਜ਼ ਕਰ ਸਕਦੇ ਹੋ ਜਿਹੜੀ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਦਿੱਤੀ ਹੋਈ ਆ, ਜਾਂ ਤੁਸੀਂ ਇੱਕ ਵਾਰੀ ਖੁਦ ਪ੍ਰੈਕਟਿਸ ਕਰਕੇ ਟਰਾਈ ਕਰ ਸਕਦੇ ਹੋ ਕਿ ਉਹਨਾਂ ਨੂੰ ਕਿੱਦਾਂ ਕਰਨਾ ਹੈ ਨਾ। ਉਸ ਤੋਂ ਬਾਅਦ ਕੀ ਹੁੰਦਾ ਆ ਨੈਕਸਟ, ਐਮ ਸੀ ਕਿਊਜ਼ ਮਲਟੀਪਲ ਆਂਸਰਸ ਇਗਜ਼ਾਮ ਦੇ ਵਿੱਚ ਬਿਲਕੁਲ ਲੋਅ ਸਕੋਰਿੰਗ ਦੇ ਵਿੱਚ ਆਉਂਦੇ ਆ, ਬਟ ਉਹਦੇ ਵਿੱਚ ਕੀ ਹੁੰਦਾ, ਨੈਗੇਟਿਵ ਮਾਰਕਿੰਗ ਆ। ਮਲਟੀਪਲ ਆਂਸਰ ਉਹਦੇ ਵਿੱਚ ਤੁਸੀਂ 2 to 3 ਆਂਸਰ ਲਗਾਉਣੇ ਹੁੰਦੇ ਆ, ਬਟ ਜੇ ਤੁਹਾਡਾ ਉਹ 'ਚ ਨੈਗੇਟਿਵ ਮਾਰਕਿੰਗ ਕਰਕੇ ਫੋਰ ਐਗਜ਼ਾਮਪਲ ਕਿ 2 ਆਂਸਰਸ ਤੁਸੀਂ ਲਗਾਏ, ਇੱਕ ਤੁਸੀਂ ਸਹੀ ਲਗਾਤਾ ਇੱਕ ਗਲਤ ਲਗਾਤਾ, ਤਾਂ ਉਹ 0 ਹੋ ਜਾਏਗਾ, ਤਾਂ ਤੁਹਾਡੀ ਓਵਰਆਲ ਸਕਿੱਲ ਵੀ ਡਾਊਨ ਕਰੇਗਾ। ਤਾਂ ਇਹਦੇ 'ਚ ਅਸੀਂ ਸੁਜੈਸਟ ਕਰਦੇ ਹਾਂ ਕਿ ਤੁਸੀਂ ਓਨਲੀ 1 ਆਂਸਰ ਲਗਾ ਕੇ ਇਹਦੇ 'ਤੇ ਤੁਸੀਂ ਬਿਲਕੁਲ ਵੀ ਟਾਈਮ ਵੇਸਟ ਨਹੀਂ ਕਰਨਾ, ਲਾਈਕ 0 ਸੈਕਿੰਡ ਤੁਸੀਂ ਵੇਸਟ ਕਰਨਾ। ਤਾਂ ਤੁਸੀਂ ਨੈਕਸਟ ਕਰਨਾ, ਤੁਹਾਡੇ ਅੱਗੇ ਡਿਸਪਲੇ ਹੋਇਆ, ਤੁਸੀਂ ਆਂਸਰ ਲਗਾ ਕੇ ਨੈਕਸਟ ਕਰ ਦੇਣਾ। ਤਾਂ ਕੋਈ ਵੀ 1 ਆਂਸਰ ਲਗਾਓ, ਉਹਦੇ ਨਾਲ ਤੁਹਾਨੂੰ ਨੈਗੇਟਿਵ ਮਾਰਕਿੰਗ ਦਾ ਕੋਈ ਵੀ ਖਤਰਾ ਨਹੀਂ ਰਹੇਗਾ, ਅਤੇ ਉਹ ਸਹੀ ਵੀ ਹੋ ਸਕਦਾ, ਗਲਤ ਵੀ ਹੋ ਸਕਦਾ, ਤਾਂ ਬਟ ਉਹਦੇ ਕੋਈ ਤੁਹਾਡੇ ਓਵਰਆਲ ਸਕੋਰਸ ਨੂੰ ਅਫੈਕਟ ਨਹੀਂ ਕਰੇਗਾ। ਨੈਕਸਟ ਆ ਜਾਂਦਾ ਜੀ ਰੀਓਰਡਰ ਪੈਰਾਗ੍ਰਾਫ। ਰੀਓਰਡਰ ਪੈਰਾਗ੍ਰਾਫ ਤੁਹਾਡੇ ਇਗਜ਼ਾਮ ਦੇ ਵਿੱਚ 2 to 3 ਆਉਂਦੇ ਆ, ਉਹਦੇ ਵਿੱਚ ਇੱਕ ਵਿੱਚ ਪੈਰਾਗ੍ਰਾਫ ਦਿੱਤੇ ਹੁੰਦੇ ਇੱਕ ਸਾਈਡ 'ਤੇ, ਇੱਕ ਇੱਕ 2-2 ਲਾਈਨਸ ਦੇ ਪੈਰਾਗ੍ਰਾਫ ਹੁੰਦੇ ਆ, ਉਹਨਾਂ ਨੂੰ ਤੁਸੀਂ ਆਰਡਰ ਦੇ ਵਿੱਚ ਕਰਕੇ ਲਿਖਣਾ ਹੁੰਦਾ ਆ, ਉਹਨਾਂ ਨੂੰ ਸੀਕੁਐਂਸ ਦੇ ਵਿੱਚ ਕਰਕੇ ਲਿਖਣਾ ਹੁੰਦਾ ਹੈ ਨਾ। ਉਹ ਇੱਧਰਲੀ ਸਾਈਡ ਉਲਟ ਪੁਲਟ ਹੁੰਦੇ ਆ, ਤੁਸੀਂ ਉਹਨੂੰ ਇੱਧਰਲੀ ਸਾਈਡ ਸਹੀ ਕਰਕੇ ਲਿਖਣਾ ਹੁੰਦਾ, ਲਈ ਲਿਖਣਾ ਨਹੀਂ ਹੁੰਦਾ, ਉਹਨਾਂ ਨੂੰ ਸੀਕੁਐਂਸ ਦੇ ਵਿੱਚ ਅਰੇਂਜ ਕਰਨਾ ਹੁੰਦਾ। ਤਾਂ ਇਹਦੇ ਵਿੱਚ ਤੁਸੀਂ ਇੱਕ ਦੇ ਉੱਪਰ 1 to 2 ਮਿੰਟ ਸਪੈਂਡ ਕਰ ਸਕਦੇ ਹੋ, ਹੈ ਨਾ। ਨੈਕਸਟ ਆਪਣਾ ਆ ਜਾਂਦਾ ਰੀਡਿੰਗ ਬਲੈਂਕਸ ਐਂਡ ਡਰੈਗਨ ਡਰੋਪ ਬਲੈਂਕਸ, ਜਿਹਨੂੰ ਅਸੀਂ ਰੀਡਿੰਗ ਡਰੈਗਨ ਡਰੋਪ ਬਲੈਂਕਸ ਕਹਿ ਜਾਂਦਾ। ਇਹਦੇ ਵਿੱਚ ਕੀ ਹੁੰਦਾ, ਇੱਕ ਪੈਰਾਗ੍ਰਾਫ ਆਉਂਦਾ, ਟੋਟਲ ਇੱਥੇ 4 to 5 ਪੈਰਾਗ੍ਰਾਫਸ ਆਉਣਗੇ, ਅਤੇ ਸਿਰਫ ਰੀਡਿੰਗ ਨੂੰ ਸਪੋਰਟ ਕਰਦਾ। ਸੋਰੀ ਮੈਂ ਦੱਸਣਾ ਭੁੱਲ ਗਈ ਸੀ, ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਹੁੰਦੀਆਂ, ਰੀਡਿੰਗ ਨੂੰ ਸਾਈਮਲਟੇਨੀਅਸਲੀ ਰਾਈਟਿੰਗ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੀਆਂ। ਜੇ ਉਹ ਰੀਡਿੰਗ ਦੇ ਵਿੱਚ 40 to 15 ਮਾਰਕਸ ਦਿੰਦੀਆਂ, ਤਾਂ ਰਾਈਟਿੰਗ ਦੇ ਵਿੱਚ 12 to 15 ਮਾਰਕਸ ਦਿੰਦੀਆਂ ਹੈਗੀਆਂ ਰੀਡਿੰਗ ਰਾਈਟਿੰਗ ਬਲੈਂਕਸ। ਤਾਂ ਹੁਣ ਇਹਦੇ ਵਿੱਚ ਕੀ ਕਰਨਾ ਹੈਗਾ, ਜਿਹੜਾ ਤੁਹਾਡਾ ਆਪਾਂ ਰੀਡਿੰਗ ਡਰੈਗਨ ਡਰੋਪ ਬਲੈਂਕਸ ਦੀਆਂ ਗੱਲ ਕਰ ਰਹੇ ਸੀ, ਤਾਂ ਡਰੈਗਨ ਡਰੋਪ ਬਲੈਂਕਸ ਜਿਹੜੀਆਂ ਹੁੰਦੀਆਂ ਰੀਡਿੰਗ ਦੀਆਂ, ਤੁਸੀਂ ਇੱਕ ਬਲੈਂਕ ਦੇ ਉੱਪਰ ਇੱਕ ਪੈਰਾਗ੍ਰਾਫ ਦੇ ਉੱਪਰ 2 ਮਿੰਟ ਤੱਕ ਦਾ ਟਾਈਮ ਦੇ ਸਕਦੇ ਹੋ, 1 to 2 ਮਿੰਟ। ਅਗੇਨ ਇਗਜ਼ਾਮ ਦੇ ਵਿੱਚ ਤੁਹਾਨੂੰ 4 to 5 ਰੀਡਿੰਗ ਦੇ ਪੈਰਾਗ੍ਰਾਫਸ ਆਉਂਦੇ ਆ, ਇਹਦੇ ਵਿੱਚ ਤੁਸੀਂ ਮਤਲਬ ਕਿ ਲਾਈਕ ਟੋਟਲ ਆਂਸਰਸ ਦਿੱਤੇ ਹੁੰਦੇ ਆ, 5 to 6 ਆਂਸਰ ਦਿੱਤੇ ਹੁੰਦੇ ਆ। ਫੋਰ ਐਗਜ਼ਾਮਪਲ ਕਿ ਤੁਹਾਨੂੰ 6 ਬਲੈਂਕ ਹੈਗੇ ਆ, ਤਾਂ ਟੋਟਲ 8 ਨੀਚੇ ਆਪਸ਼ਨਸ ਹੋਣਗੀਆਂ, ਤਾਂ ਉਹਨਾਂ ਆਪਸ਼ਨਸ ਦੇ ਵਿੱਚੋਂ ਸੂਟੇਬਲ ਆਪਸ਼ਨਸ ਲਗਾਉਣੀਆਂ ਹੁੰਦੀਆਂ, ਹੈ ਨਾ। ਤਾਂ ਉਹਨਾਂ ਨੂੰ ਕਰਨਾ ਕਿੱਦਾਂ ਆ, ਉਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਹੈ ਨਾ। ਉਸ ਤੋਂ ਬਾਅਦ ਕੀ ਹੁੰਦਾ ਆ, ਆ ਜਾਂਦਾ ਐਮ ਸੀ ਕਿਊ ਸਿੰਗਲ ਆਂਸਰਸ। ਐਮ ਸੀ ਕਿਊ ਸਿੰਗਲ ਆਂਸਰ ਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ, ਅਤੇ ਬਟ ਟਾਈਮ ਜੇ ਤੁਹਾਡੇ ਕੋਲ ਬਚ ਗਿਆ, ਫੋਰ ਐਗਜ਼ਾਮਪਲ ਤੁਸੀਂ ਰੀਡਿੰਗ ਰਾਈਟਿੰਗ ਬਲੈਂਕਸ ਕਰ ਲਏ, ਰੀਡਿੰਗ ਬਲੈਂਕਸ ਕਰ ਲਏ, ਰੀਓਰਡਰ ਪੈਰਾਗ੍ਰਾਫ ਕਰ ਲਏ, ਤਾਂ ਜੇ ਤੁਹਾਡੇ ਕੋਲ 1-2 ਮਿੰਟ ਹੈਗੇ ਆ, ਤੁਸੀਂ ਉਹਨੂੰ ਰੀਡ ਕਰਕੇ ਕਰ ਲਓ। ਅਦਰਵਾਈਜ਼ ਤੁਸੀਂ ਜੇ ਤੁਹਾਡੇ ਕੋਲ ਕੁਛ ਕੁ ਸੈਕਿੰਡ ਰਹਿ ਗਏ, ਲਾਈਕ 10 ਸੈਕਿੰਡ 15 ਸੈਕਿੰਡ ਰਹਿ ਗਏ, ਤੁਸੀਂ ਉਸੇ ਤਰੀਕੇ ਨੂੰ ਲਗਾ ਕੇ ਨੈਕਸਟ ਕਰ ਸਕਦੇ ਹੋ। ਓਕੇ, ਅਤੇ ਇਹ ਸੀ ਤੁਹਾਡਾ ਟੋਟਲ ਰੀਡਿੰਗ ਓਵਰਵਿਊ। ਰੀਡਿੰਗ ਦੇ ਓਵਰਵਿਊ ਤੋਂ ਬਾਅਦ ਮੋਸਟ ਇੰਪੋਰਟੈਂਟ ਪਾਰਟ, ਹੈ ਨਾ, ਤਾਂ ਜਿਹੜਾ ਰੀਡਿੰਗ ਐਂਡ ਰਾਈਟਿੰਗ ਨੂੰ ਸਪੋਰਟ ਕਰ ਰਿਹਾ ਉਹ ਪਾਰਟ ਲਾਈਕ ਲਿਸਨਿੰਗ ਆ ਜਾਂਦਾ। ਤੁਹਾਡੀ ਪੀ ਟੀ ਦੀ ਲਿਸਨਿੰਗ ਬਹੁਤ ਇੰਪੋਰਟੈਂਟ ਹੈਗੀ ਆ, ਲਿਸਨਿੰਗ ਤੁਹਾਡੀ ਰਾਈਟਿੰਗ ਨੂੰ ਸਪੋਰਟ ਕਰ ਰਹੀ ਆ, ਲਿਸਨਿੰਗ ਤੁਹਾਡੀ ਰੀਡਿੰਗ ਨੂੰ ਸਪੋਰਟ ਕਰ ਰਹੀ ਆ। ਤਾਂ ਲਿਸਨਿੰਗ ਨੂੰ ਬਹੁਤ ਕੇਅਰਫੁਲੀ ਕਰਨਾ ਹੁੰਦਾ ਹੈ, ਅਤੇ ਲਿਸਨਿੰਗ ਦੇ ਵਿੱਚ ਟਾਈਮ ਬਹੁਤ ਮੈਨੇਜ ਕਰਕੇ ਚੱਲਣਾ ਹੁੰਦਾ, ਹੈ ਨਾ। ਤਾਂ ਲਿਸਨਿੰਗ ਦੇ ਵਿੱਚ ਪੀ ਟੀ ਦੀ ਲਿਸਨਿੰਗ ਦੇ ਵਿੱਚ ਟੋਟਲ 8 ਪਾਰਟਸ ਹੁੰਦੇ ਆ। ਤਾਂ 8 ਪਾਰਟਸ ਕਿੱਦਾਂ ਹੁੰਦੇ ਆ, ਮੈਂ ਤੁਹਾਨੂੰ ਐਕਸਪਲੇਨ ਕਰਦੀ। ਸਭ ਤੋਂ ਪਹਿਲਾਂ ਆਉਂਦਾ ਸਮਰਾਈਜ਼ ਸਪੋਕਨ ਟੈਕਸਟ। ਸਮਰਾਈਜ਼ ਸਪੋਕਨ ਟੈਕਸਟ ਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ, ਇੱਕ ਅਗੇਨ ਰੀਟੇਲ ਲੈਕਚਰ ਦੀ ਤਰ੍ਹਾਂ ਇੱਕ ਆਡੀਓ ਪਲੇ ਹੁੰਦੀ ਆ, ਸਪੀਕਰ ਕੁਛ ਐਕਸਪਲੇਨ ਕਰਦਾ ਹੈ, ਕਿਸੇ ਪਰਟੀਕੁਲਰ ਟੋਪਿਕ ਦੇ ਉੱਪਰ ਬੋਲਦਾ, ਤੁਸੀਂ ਉਹਦੇ ਉੱਤੋਂ ਉਹ ਸਪੀਕਰ ਨੂੰ ਸੁਣ ਕੇ ਕੁਛ ਵੀ ਕੀਵਰਡਸ ਆਪਣੇ ਜਾਂ ਜੋ ਵੀ ਫਰੇਜ਼ਿਸ ਕੀਵਰਡ ਕੋਈ ਵੀ ਕੰਟੈਂਟ ਤੁਸੀਂ ਆਪਣਾ ਰਾਈਟ ਡਾਊਨ ਕਰ ਲੈਣਾ, ਉਹ ਕੰਟੈਂਟ ਨੂੰ ਤੁਸੀਂ
ਜੇ ਤਾਂ ਗ੍ਰੈਮੈਟੀਕਲੀ ਵੈਸੇ ਹੀ ਅਰੇਂਜ ਕਰ ਸਕਦੇ ਹੋ ਤਾਂ ਗੁੱਡ ਆ, ਜੇ ਨਹੀਂ ਕਰ ਸਕਦੇ ਤਾਂ ਟੈਂਪਲੇਟਸ ਦੇ ਅਕੋਰਡਿੰਗ ਤੁਸੀਂ ਉਹਨਾਂ ਨੂੰ ਉਹ ਕੀਵਰਡਸ ਨੂੰ ਐਡਜਸਟ ਕਰਨਾ ਹੁੰਦਾ। ਹੁਣ ਟੈਂਪਲੇਟ ਇਹਦੇ ਵਿੱਚ ਕਿਉਂ ਜ਼ਰੂਰੀ ਹੈਗਾ ਆ? ਟੈਂਪਲੇਟ ਇਸ ਲਈ ਜ਼ਰੂਰੀ ਆ ਕਿ ਗ੍ਰੈਮਰ ਰੇਂਜ ਚਾਹੀਦੀ ਆ। ਰੀਟਨ ਸੋਰੀ ਸਮਰਾਈਜ਼ ਸਪੋਕਨ ਟੈਕਸਟ ਦੇ ਵਿੱਚ ਗ੍ਰੈਮਰ ਬਹੁਤ ਇੰਪੋਰਟੈਂਟ ਹੈਗੀ ਆ, ਤਾਂ ਗ੍ਰੈਮੈਟੀਕਲੀ ਵਰਡਸ ਨੂੰ ਅਰੇਂਜ ਕਰਨ ਵਾਸਤੇ ਟੈਂਪਲੇਟ ਤੁਹਾਡੀ ਹੈਲਪ ਕਰਦਾ ਆ। ਓਕੇ, ਤਾਂ ਟੈਂਪਲੇਟ ਤੁਹਾਨੂੰ ਡਿਸਕ੍ਰਿਪਸ਼ਨ ਲਿਸਟ ਦੇ ਵਿੱਚ ਮਿਲ ਜਾਏਗਾ, ਹੈ ਨਾ। ਉਹ ਟੈਂਪਲੇਟ ਦੇ ਵਿੱਚ ਤੁਸੀਂ ਆਪਣੇ ਐਡਜਸਟ ਵਰਡਸ ਕੋਈ ਵੀ ਐਡਜਸਟ ਕਰ ਸਕਦੇ ਹੋ ਅਤੇ ਉਹਨਾਂ ਦੀ ਸਕੋਰਿੰਗ ਚੈੱਕ ਕਰ ਸਕਦੇ ਹੋ, ਹੈ ਨਾ। ਤਾਂ ਉਹਦੇ ਵਿੱਚ ਤੁਹਾਡੇ ਕੋਲ ਟੋਟਲ 10 ਮਿੰਟਸ ਦਾ ਟਾਈਮ ਹੁੰਦਾ, ਟੋਟਲ 10 ਮਿੰਟ ਦਾ, ਲਾਈਕ ਇਨਕਲੂਡਿੰਗ ਆਡੀਓ। ਆਡੀਓ 1 ਮਿੰਟ ਦੀ ਹੋ ਸਕਦੀ ਹੈ, 2 ਮਿੰਟ ਦੀ ਹੋ ਸਕਦੀ ਹੈ, 3 ਮਿੰਟ ਦੀ ਵੀ ਹੋ ਸਕਦੀ ਆ, ਹੈ ਨਾ। ਤਾਂ ਤੁਸੀਂ ਆਡੀਓ ਤੋਂ ਬਾਅਦ ਉਹਨੂੰ ਟਾਈਪ ਕਰਨਾ ਹੁੰਦਾ ਹੈ ਨਾ, ਅਤੇ ਟਾਈਪ ਕਰਕੇ ਤੁਸੀਂ ਉਹਨੂੰ ਪਰੂਫ ਰੀਡ ਵੀ ਕਰਨਾ, ਤਾਂ ਉਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਤੁਹਾਨੂੰ ਟਾਈਮ ਮੈਨੇਜ ਕਰਕੇ ਚੱਲਣਾ ਪੈਂਦਾ। ਓਕੇ, ਤਾਂ ਗ੍ਰੈਮਰ ਮਸਟ ਆ ਇਹਦੇ ਵਿੱਚ, ਗ੍ਰੈਮਰ ਬਹੁਤ ਇੰਪੋਰਟੈਂਟ ਹੁੰਦੀ ਆ, ਤਾਂ ਆਪਣੇ ਟੈਂਪਲੇਟਸ ਨੂੰ ਵਾਈਸਲੀ ਐਡਜਸਟ ਕਰਨਾ ਤੁਹਾਨੂੰ ਸਿੱਖਣਾ ਪਏਗਾ। ਓਕੇ, ਨੈਕਸਟ ਆ ਜਾਂਦਾ ਹੈਗਾ ਆ ਐਮਸੀਕਿਊਸ, ਮਲਟੀਪਲ ਆਂਸਰ। ਹੁਣ ਇੱਥੋਂ ਤੁਹਾਡਾ ਟਾਈਮ ਸਟਾਰਟ ਹੁੰਦਾ, ਜਿਹੜਾ ਸਮਰਾਈਜ਼ ਸਪੋਕਨ ਟੈਕਸਟ ਦਾ ਟਾਈਮ ਹੁੰਦਾ ਨਾ, ਉਹ ਸੈਪਰੇਟ ਹੀ 10 ਮਿੰਟ ਹੁੰਦਾ, ਇੱਥੋਂ ਤੁਹਾਡਾ ਟੋਟਲ ਟਾਈਮ ਸਟਾਰਟ ਹੋ ਜਾਏਗਾ, ਹੈ ਨਾ। ਤਾਂ ਐਮਸੀਕਿਊਸ ਤੁਹਾਨੂੰ ਇਗਜ਼ਾਮ ਦੇ ਵਿੱਚ 2 to 3 ਐਮਸੀਕਿਊਸ ਆ ਸਕਦੇ ਆ, ਹੈ ਨਾ। ਤਾਂ ਉਹਦੇ ਵਿੱਚ ਵੈਸੇ ਜ਼ਿਆਦਾਤਰ ਚਾਂਸਿਸ ਹੁੰਦੇ ਆ ਕਿ 1 to 2 ਜਾਂ ਸਿੰਗਲ ਹੀ ਹੁੰਦਾ, ਉਹਦੇ ਵਿੱਚ ਤੁਸੀਂ ਮਲਟੀਪਲ ਆਂਸਰ ਕਰਨੇ ਹੁੰਦੇ ਆ। ਅਗੇਨ ਰੀਡਿੰਗ ਦੀ ਤਰ੍ਹਾਂ ਜੇ ਤੁਸੀਂ ਲਿਸਨਿੰਗ ਦੇ ਐਮਸੀਕਿਊਜ਼ ਦੇ ਵਿੱਚ ਮਲਟੀਪਲ ਆਂਸਰ ਕਰਦੇ ਆ, ਤੁਹਾਨੂੰ ਨੈਗੇਟਿਵ ਮਾਰਕਿੰਗ ਹੋ ਸਕਦੀ ਆ। ਤੁਸੀਂ ਆਡੀਓ ਸੁਣੋ, ਜੇ ਤੁਸੀਂ 100% ਸ਼ੋਰ ਹੋ ਕਿ 2 ਆਂਸਰਸ ਤੁਸੀਂ ਲਗਾ ਸਕਦੇ ਹੋ, ਕੁਛ ਨੈਗੇਟਿਵ ਨਹੀਂ ਹੈਗਾ, ਤਾਂ 2 ਆਂਸਰਸ ਜਾਂ 3 ਆਂਸਰਸ ਲਗਾਓ। ਬਟ ਜੇ ਤੁਸੀਂ ਡਾਊਟ 'ਚ ਹੋ ਤਾਂ ਹਮੇਸ਼ਾ ਸਿੰਗਲ ਆਂਸਰ ਸਿਲੈਕਟ ਕਰੋ, ਉਹਦੇ ਨਾਲ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ, ਅਤੇ ਲੋ ਸਕੋਰਿੰਗ ਵੀ ਆ, ਤੁਹਾਡੇ ਓਵਰਆਲ ਸਕੋਰ ਇੰਪੈਕਟ ਨਹੀਂ ਕਰਦਾ ਜੇ ਤੁਸੀਂ ਸਿੰਗਲ ਆਂਸਰ ਲਗਾਉਂਦੇ ਹੋ। ਬਟ ਜੇ ਤੁਸੀਂ ਨੈਗੇਟਿਵ ਮਾਰਕ ਕਰਦੇ ਹੋ ਤਾਂ ਤੁਹਾਡੇ ਓਵਰਆਲ ਦੇ ਵਿੱਚ 2 to 3 ਮਾਰਕਸ ਅਫੈਕਟ ਹੁੰਦੇ ਆ, ਹੈ ਨਾ। ਤਾਂ ਤੁਸੀਂ ਇਹ ਰਿਸਕ ਨਾ ਲਓ, ਤੁਸੀਂ ਇਗਜ਼ਾਮ ਦੇ ਵਿੱਚ ਸਿੰਗਲ ਟਿਕ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ, ਤੁਹਾਡੇ ਫਿਰ ਵੀ 90 ਆ ਜਾਣਗੇ, ਹੈ ਨਾ। ਤਾਂ ਨੈਕਸਟ ਆ ਜਾਂਦਾ ਜੀ ਫਿਲਿੰਗ ਦਾ ਬਲੈਂਕਸ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਆ ਪੀਟੀ ਦੇ ਇਗਜ਼ਾਮ ਦੇ ਵਿੱਚ। ਉਹਦੇ ਵਿੱਚ ਸਪੈਲਿੰਗਸ ਇੰਪੋਰਟੈਂਟ ਆ, ਰਾਈਟਿੰਗ ਨੂੰ ਸਕੋਰ ਦੇ ਰਹੀਆਂ ਇਗਜ਼ਾਮ ਦੇ ਵਿੱਚ, 2 to 3 ਪੈਰਾਗ੍ਰਾਫਸ ਆਉਂਦੇ ਆ। ਤਾਂ ਇਹਦੇ ਵਿੱਚ ਕੀ ਹੁੰਦਾ, ਇੱਕ ਪੈਰਾਗ੍ਰਾਫ ਦਿੱਤਾ ਹੁੰਦਾ, ਐਜ ਇਟ ਇਜ਼ ਇੱਕ ਸਪੀਕਰ ਨੂੰ ਬੋਲ ਰਿਹਾ ਹੁੰਦਾ, ਤਾਂ ਉਹਦੇ ਵਿੱਚ ਕੁਛ ਕੁ ਬਲੈਂਕਸ ਦਿੱਤੀਆਂ ਹੁੰਦੀਆਂ, 3 ਹੋ ਸਕਦੀਆਂ, 4, 5, 6 ਕਿੰਨੀਆਂ ਵੀ ਹੋ ਸਕਦੀਆਂ। ਤਾਂ ਉਹ ਬਲੈਂਕਸ ਨੂੰ ਤੁਸੀਂ ਫਿਲ ਕਰਨਾ ਹੁੰਦਾ ਹੈ, ਤੁਸੀਂ ਪਹਿਲਾਂ ਉਹਨੂੰ ਆਪਣੇ ਲਿਖ ਸਕਦੇ ਹੋ, ਤੁਹਾਡੇ ਕੋਲ ਜਿਹੜੀ ਸ਼ੀਟ ਹੁੰਦੀ ਹੈ ਉਸ ਤੋਂ ਬਾਅਦ ਉਹਨੂੰ ਟਾਈਪ ਕਰ ਲਓ, ਹੈ ਨਾ। ਅਤੇ ਇੱਥੇ ਥੋੜ੍ਹਾ ਜਿਹਾ ਕੀ ਹੁੰਦਾ ਕਿ ਤੁਸੀਂ ਟਾਈਮ ਮੈਨੇਜ ਕਰਨਾ ਹੁੰਦਾ, ਹੋਰ ਕੋਈ ਇਸ਼ੂ ਨਹੀਂ ਹੈਗਾ, ਕਿ ਈਜ਼ੀ ਪਾਰਟ ਹੈਗਾ ਆ, ਬਟ ਇੰਪੋਰਟੈਂਟ ਆ। ਨੈਕਸਟ ਉਸ ਤੋਂ ਬਾਅਦ ਆ ਜਾਂਦਾ ਹੈਗਾ ਹਾਈਲਾਈਟ ਕਰੈਕਟ ਸਮਰੀ। ਅਗੇਨ ਲੋ ਸਕੋਰਿੰਗ ਆ, ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਨਹੀਂ, ਐਮਸੀਕਿਊਜ਼ ਤਰ੍ਹਾਂ ਹੀ ਹੁੰਦੀ ਆ, ਕੁਛ ਪੈਰਾਗ੍ਰਾਫ ਦਿੱਤੇ ਹੁੰਦੇ ਆ 2 to 3 ਲਾਈਨਸ ਦੇ, ਤਾਂ ਉਹ ਲਾਈਨ ਉਹਨਾਂ ਦੇ ਵਿੱਚ ਕੁਛ ਵੀ ਆਡੀਓ, ਤੁਸੀਂ ਕੋਈ ਵੀ ਐਮਸੀਕਿਊਜ਼ ਤਰ੍ਹਾਂ ਕੋਈ ਵੀ ਆਨਸਰ ਸਿਲੈਕਟ ਕਰਨਾ ਹੁੰਦਾ ਹੈ, ਤਾਂ ਲੋ ਸਕੋਰਿੰਗ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹਦੇ ਉੱਪਰ। ਨੈਕਸਟ ਆ ਜਾਂਦਾ ਸਿਲੈਕਟ ਮਿਸਿੰਗ ਵਰਡ, ਅਗੇਨ ਐਮਸੀਕਿਊਜ਼ ਤਰ੍ਹਾਂ ਹੀ ਹੁੰਦਾ ਆ। ਦੈਨ ਐਮਸੀਕਿਊ ਸਿੰਗਲ ਆਂਸਰ, ਅਗੇਨ ਸੇਮ। ਤਾਂ ਇਹ ਸਾਰੇ ਪਾਰਟਸ ਜਿਹੜੇ ਲੋ ਸਕੋਰਿੰਗ ਆ, ਐਮਸੀਕਿਊਸ ਮਲਟੀਪਲ ਆਂਸਰ, ਹਾਈਲਾਈਟ ਕਰੈਕਟ ਸਮਰੀ, ਸਿਲੈਕਟ ਮਿਸਿੰਗ ਵਰਡ, ਐਮਸੀਕਿਊ ਸਿੰਗਲ ਵਰਡ, ਆਲ ਆਰ ਲੋ ਸਕੋਰਿੰਗ। ਓਨਲੀ 4 ਪਾਰਟਸ ਆਰ ਇੰਪੋਰਟੈਂਟ, 3 ਆਰ ਮੋਸਟ ਇੰਪੋਰਟੈਂਟ ਐਂਡ 1 ਇਜ਼ ਇੰਪੋਰਟੈਂਟ, ਲਾਈਕ ਸਮਰਾਈਜ਼ ਸਪੋਕਨ ਟੈਕਸਟ ਇਜ਼ ਐਵਰੇਜ ਸਕੋਰਿੰਗ, ਦੈਨ ਫਿਲ ਇਨ ਦਾ ਬਲੈਂਕਸ, ਹਾਈਲਾਈਟ ਇਨਕਰੈਕਟ ਵਰਡਸ ਐਂਡ ਰਾਈਟ ਫਰੋਮ ਡਿਕਟੇਸ਼ਨਸ ਆਰ ਹਾਰਟ ਆਫ ਦਾ ਪੀਟੀ ਐਗਜ਼ਾਮ। ਓਕੇ, ਤਾਂ ਉਸ ਤੋਂ ਨੈਕਸਟ ਜਿਹੜੇ ਤੁਹਾਡੇ ਬਲੈਂਕਸ ਦੀ ਗੱਲ ਕਰ ਰਹੇ ਸੀ, ਤਾਂ ਬਲੈਂਕਸ ਰਾਈਟਿੰਗ ਐਂਡ ਲਿਸਨਿੰਗ ਨੂੰ ਸਪੋਰਟ ਕਰ ਰਿਹਾ। ਓਕੇ, ਹਾਈਲਾਈਟ ਕਰੈਕਟ ਸਮਰੀ, ਸਿਲੈਕਟ ਮਿਸਿੰਗ ਵਰਡ, ਐਮਸੀਕਿਊ ਸਿੰਗਲ ਸਿੰਗਲ ਆਂਸਰ, ਬਿਲਕੁਲ ਲੋ ਸਕੋਰਿੰਗ ਆ, ਤਾਂ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਨਹੀਂ, ਬਟ ਸਟਿਲ ਤੁਸੀਂ ਆਪਣੇ ਮੌਕ ਟੈਸਟ ਦੇ ਵਿੱਚ ਇਹਨਾਂ ਨੂੰ ਕਰਕੇ ਦੇਖ ਸਕਦੇ ਹੋ। ਦੈਨ ਅਸੀਂ ਆ ਜਾਂਦੇ ਹਾਈਲਾਈਟ ਇਨਕਰੈਕਟ ਵਰਡਸ, ਈਜ਼ੀ ਪਾਰਟ ਆ, ਬਹੁਤ ਇੰਪੋਰਟੈਂਟ ਆ, ਰੀਡਿੰਗ ਨੂੰ ਸਪੋਰਟ ਕਰ ਰਿਹਾ। ਜਿਹੜੇ ਸਟੂਡੈਂਟਸ ਦੀ ਰੀਡਿੰਗ ਵੀਕ ਹੁੰਦੀ ਆ, ਉਹਨਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੁੰਦਾ। ਤੁਸੀਂ ਹਾਈਲਾਈਟ ਇਨਕਰੈਕਟ ਵਰਡ ਨੂੰ 90/90 ਲੈ ਕੇ ਚੱਲੋ, ਤੁਹਾਡੀ ਰੀਡਿੰਗ ਨੂੰ ਬਹੁਤ ਜ਼ਿਆਦਾ ਸਪੋਰਟ ਕਰਦਾ। ਕੋਈ ਵੀ ਤੁਸੀਂ ਸਿਲੈਕਟ ਕਰਦੇ ਹੋ, ਜੇ ਤੁਸੀਂ ਉਹਦੇ ਵਿੱਚ ਪੋਜ਼ਿਟਿਵ, ਇਹਦੇ ਵਿੱਚ ਇਹੀ ਚੀਜ਼ ਨੈਗੇਟਿਵ ਹੈ ਕਿ ਜੇ ਤੁਸੀਂ ਵਰਡਸ ਆ ਰਹੇ, ਇੱਕ ਪੈਰਾਗ੍ਰਾਫ ਹੋਏਗਾ, ਅਪ ਟੂ 50 ਵਰਡਸ, 100 ਵਰਡਸ ਦਾ ਵੀ ਹੋ ਸਕਦਾ ਇੱਕ ਪੈਰਾਗ੍ਰਾਫ, ਸਪੀਕਰ ਐਜ਼ ਇਟ ਇਜ਼ ਉਹਨੂੰ ਬੋਲ ਰਿਹਾ ਹੁੰਦਾ, ਰੀਡ ਕਰ ਰਿਹਾ ਹੁੰਦਾ, ਤੁਸੀਂ ਉਹਦੇ ਵਿੱਚ ਕੁਛ ਕੁ ਵਰਡਸ ਨੂੰ ਰੋਂਗ ਪ੍ਰੋਨਾਊਂਸ ਕਰਦਾ, ਤੁਸੀਂ ਉਹਨਾਂ ਨੂੰ ਕਲਿੱਕ ਕਰਨਾ ਹੁੰਦਾ। ਬਟ ਜੇ ਤੁਸੀਂ ਇਹਦੇ ਵਿੱਚ ਕੋਈ ਵੀ ਵਰਡ ਨੈਗੇਟਿਵ ਲਗਾ ਦਿੰਦੇ ਹੋ, ਲਾਈਕ ਕੋਈ ਵੀ ਵਰਡ ਉਹਨੇ ਐਜ਼ ਇਟ ਇਜ਼ ਪ੍ਰੋਨਾਊਂਸ ਕੀਤਾ, ਬਟ ਸਟਿਲ ਤੁਸੀਂ ਉਹਨੂੰ ਕਲਿੱਕ ਕਰਤਾ, ਤਾਂ ਤੁਹਾਡੀ ਨੈਗੇਟਿਵ ਮਾਰਕਿੰਗ ਹੈਗੀ ਆ, ਤੁਹਾਡੇ ਰੀਡਿੰਗ ਦੇ ਵਿੱਚ ਸਕੋਰ ਵੀ ਜਾਣਗੇ, ਤੁਹਾਡੀ ਲਿਸਨਿੰਗ ਦੇ ਵਿੱਚ ਸਕੋਰ ਵੀ ਜਾਣਗੇ, ਅਗੇਨ ਤੁਹਾਡੇ ਓਵਰਆਲ ਸਕੋਰਸ ਇਫੈਕਟ ਹੋਣਗੇ, ਹੈ ਨਾ। ਤਾਂ ਜੇ ਤੁਹਾਨੂੰ 3 ਸੁਣੇ ਆ, ਤੁਹਾਨੂੰ ਲੱਗ ਰਿਹਾ ਕਿ ਨੈਗੇਟਿਵ ਆ, ਕੋਈ ਵੀ ਡਾਊਟ ਵਾਲਾ ਵਰਡ ਕਲਿੱਕ ਨਹੀਂ ਕਰਨਾ, ਕੁਛ ਵੀ ਹੋ ਜਾਵੇ ਕੋਈ ਵੀ ਡਾਊਟ ਵਾਲਾ ਵਰਡ ਕਲਿੱਕ ਨਹੀਂ ਕਰਨਾ ਹੁੰਦਾ, ਹੈ ਨਾ।
ਤਾਂ ਅਗੇਨ ਆ ਜਾਂਦਾ ਹੈਗਾ ਆ ਰਾਈਟ ਫਰੋਮ ਡਿਕਟੇਸ਼ਨ ਮੋਸਟ ਇੰਪੋਰਟੈਂਟ ਪਾਰਟ ਹੈਗਾ ਇਹਦੇ ਵਿੱਚ ਕੀ ਕਰਨਾ ਹੁੰਦਾ ਤੁਹਾਡੀ ਰਾਈਟਿੰਗ ਨੂੰ ਸਪੋਰਟ ਕਰ ਰਿਹਾ ਹੈਗਾ ਲਿਸਨਿੰਗ ਨੂੰ ਸਪੋਰਟ ਕਰ ਰਿਹਾ ਹੈਗਾ ਇੱਕ ਵਰਡ ਦਾ ਇੱਕ ਸਕੋਰ ਹੁੰਦਾ ਟੋਟਲ 8 to 18 ਵਰਡ ਦੀ ਡਿਕਟੇਸ਼ਨ ਹੋ ਸਕਦੀ ਆ ਤੁਸੀਂ ਇੱਕ ਸਪੀਕਰ ਕੋਈ ਵੀ ਰਿਪੀਟ ਸੈਂਟੈਂਸ ਤਰ੍ਹਾਂ ਸੈਂਟੈਂਸ ਨੂੰ ਬੋਲਦਾ ਹੈਗਾ ਆ ਸਪੀਕ ਕਰਦਾ ਤੁਸੀਂ ਉਹ ਸੈਂਟੈਂਸ ਨੂੰ ਐਜ਼ ਇਟ ਇਜ਼ ਟਾਈਪ ਕਰਨਾ ਹੁੰਦਾ ਤਾਂ ਇਹਦੇ ਵਿੱਚ ਪੋਜ਼ੀਟਿਵ ਚੀਜ਼ਾਂ ਇਹ ਹੁੰਦੀਆਂ ਤੁਸੀਂ ਐਕਸਟਰਾ ਵਰਡਸ ਐਡ ਕਰ ਸਕਦੇ ਹੋ ਜਿਹੜੇ ਵਰਡ ਦੀ ਤੁਹਾਨੂੰ ਸਮਝ ਨਹੀਂ ਆਈ ਉਹਨੂੰ ਫੋਰ ਐਗਜ਼ਾਮਪਲ ਤੁਹਾਨੂੰ ਕੋਈ ਵੀ ਵਰਡ ਸਿੰਗੂਲਰ ਸੁਣਿਆ ਤੁਸੀਂ ਉਹਦਾ ਸਿੰਗੂਲਰ ਵਰਡ ਵੀ ਯੂਜ਼ ਕਰ ਸਕਦੇ ਹੋ ਪਲੂਰਲ ਵੀ ਯੂਜ਼ ਕਰ ਸਕਦੇ ਹੋ ਹੈ ਨਾ ਇਹ ਉਹਦੇ ਵਿੱਚ ਪੋਜ਼ੀਟਿਵ ਥਿੰਗ ਹੈਗੀ ਗ੍ਰੈਮਰ ਮੈਟਰ ਨਹੀਂ ਕਰਦੀ ਸੀਕੁਐਂਸ ਮੈਟਰ ਨਹੀਂ ਕਰਦਾ ਬਟ ਟਾਈਮ ਮੈਨੇਜਮੈਂਟ ਬਹੁਤ ਇੰਪੋਰਟੈਂਟ ਹੈਗੀ ਹੈ ਲਾਸਟ 'ਤੇ ਹੁੰਦੀਆਂ 3 to 4 ਡਿਕਟੇਸ਼ਨਸ ਆਉਂਦੀਆਂ ਇਗਜ਼ਾਮ ਦੇ ਵਿੱਚ ਤਾਂ 3 to 4 ਡਿਕਟੇਸ਼ਨ ਵਾਸਤੇ ਪਹਿਲਾਂ ਹੀ ਤੁਸੀਂ ਆਪਣੇ ਟਾਈਮ ਨੂੰ ਮੈਨੇਜ ਕਰਕੇ ਚੱਲੋ ਈਜ਼ੀ ਪਾਰਟ ਆ ਬਟ ਇੰਪੋਰਟੈਂਟ ਪਾਰਟ ਆ ਰਾਈਟਿੰਗ ਤੁਹਾਡੀ ਡਿਕਟੇਸ਼ਨ ਦੇ ਸਕੋਰ 'ਤੇ ਖੜੀ ਹੋਈ ਆ ਇੱਕ ਵਰਡ ਦਾ ਇੱਕ ਸਕੋਰ ਆ ਤਾਂ ਡਿਕਟੇਸ਼ਨ ਰਾਈਟ ਫਰੋਮ ਡਿਕਟੇਸ਼ਨ ਬਹੁਤ ਇੰਪੋਰਟੈਂਟ ਪਾਰਟ ਆ ਇਹ ਸੀਗਾ ਸਾਡਾ ਟੋਟਲ ਪੀ ਟੀ ਦੇ ਇਗਜ਼ਾਮ ਦਾ ਓਵਰਵਿਊ ਤੁਹਾਨੂੰ ਜਿਹੜੇ ਬਿਗਿਨਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਮਝ ਤਾਂ ਨਹੀਂ ਆਈ ਹੋਏਗੀ ਬਟ ਨਾਲ ਨਾਲ ਅਸੀਂ ਇੱਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਵਾਂਗੇ ਜਾਂ ਤੁਸੀਂ ਵੀਜ਼ਾ ਵੇਵਸ ਦੇ ਯੂਟਿਊਬ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਉੱਥੇ ਸਾਡੀਆਂ ਵੀਡੀਓਜ਼ ਹੋਣਗੀਆਂ ਉਹਨਾਂ ਦੀ ਹੈਲਪ ਨਾਲ ਜਾਂ ਫਿਰ ਅਸੀਂ ਨੈਕਸਟ ਜਿਹੜੀ ਵੀਡੀਓ ਪਾਵਾਂਗੇ ਤੁਹਾਨੂੰ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ ਕਿ ਤੁਸੀਂ ਟੈਸਟ ਨੂੰ ਕਰਨਾ ਕਿੱਦਾਂ ਹੁੰਦਾ ਤੁਸੀਂ ਉਹ ਵੀਡੀਓ ਦਾ ਲਿੰਕ ਲੈ ਕੇ ਜਾਂ ਤੁਸੀਂ ਉਹ ਵੀਡੀਓ ਦੇਖ ਕੇ ਅੰਡਰਸਟੈਂਡ ਕਰ ਸਕਦੇ ਹੋ ਪੀ ਟੀ ਦੇ ਇਗਜ਼ਾਮ ਦੀ ਪ੍ਰੈਪਰੇਸ਼ਨ ਕਿੱਦਾਂ ਕਰਨੀ ਆ ਓਕੇ ਸੋ ਫੋਰ ਮੋਰ ਇਨਫੋਰਮੇਸ਼ਨ ਯੂ ਕੈਨ ਸਬਸਕ੍ਰਾਈਬ ਟੂ ਅਵਰ ਯੂਟਿਊਬ ਚੈਨਲ ਥੈਂਕ ਯੂ